ਪਾਰਲੀਮੈਂਟਰੀ ਬਜਟ ਆਫੀਸਰ ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਕਿ ਲਿਬਰਲ ਸਰਕਾਰ ਵੱਲੋਂ ਹਾਲ ਹੀ ਵਿੱਚ ਇਮੀਗ੍ਰੇਸ਼ਨ ਪੱਧਰ ਵਿੱਚ ਕੀਤੀ ਕਟੌਤੀ 2030 ਦੇ ਨਵੇਂ ਹਾਊਸਿੰਗ ਯੂਨਿਟਾਂ ਦੀ ਲੋੜ ਨੂੰ ਲਗਭਗ ਅੱਧਾ ਕਰ ਦੇਵੇਗੀ। ਸ਼ੁੱਕਰਵਾਰ ਨੂੰ ਜਾਰੀ ਹੋਇਆ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਮੰਨਦੇ ਹੋਏ ਕਿ ਆਬਾਦੀ ਦਾ ਵਿਕਾਸ ਸਰਕਾਰ ਦੇ ਅਨੁਮਾਨ ਦੇ ਅਨੁਸਾਰ ਹੋਵੇਗਾ, ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ 2025 ਤੋਂ 27 ਲਈ ਇਮੀਗ੍ਰੇਸ਼ਨ ਦੇ ਪੱਧਰ ਦੀ ਯੋਜਨਾ, 2030 ਵਿੱਚ ਕੈਨੇਡਾ ਦੇ ਰਿਹਾਇਸ਼ੀ ਅੰਤਰ ਨੂੰ 534,000 ਯੂਨਿਟਾਂ ਤੱਕ ਘਟਾ ਦੇਵੇਗੀ। ਰਿਪੋਰਟ ਕਹਿੰਦੀ ਹੈ ਕਿ ਸਰਕਾਰ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਲੇਖਾ ਜੋਖਾ ਕਰਨ ਤੋਂ ਬਾਅਦ ਅਸੀਂ 2030 ਵਿੱਚ ਕੈਨੇਡਾ ਦੇ ਹਾਊਸਿੰਗ ਪਾੜੇ ਦੇ 658,000 ਯੂਨਿਟ ਹੋਣ ਦਾ ਅੰਦਾਜ਼ਾ ਲਗਾਇਆ ਹੈ। ਫੈਡਰਲ ਸਰਕਾਰ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਨਵੇਂ ਸਥਾਈ ਨਿਵਾਸੀਆਂ ਦੀ ਅਨੁਮਾਨਿਤ ਸੰਖਿਆ ਨੂੰ ਇਸ ਸਾਲ 485,000 ਤੋਂ ਘਟਾ ਕੇ 2025 ਵਿੱਚ 395,000 ਕਰ ਰਹੀ ਹੈ। 2026 ਵਿੱਚ 380,000 ਅਤੇ 2027 ਵਿੱਚ ਕਟੌਤੀ ਨਾਲ 365,000 ਤੱਕ ਹੀ ਸਵੀਕਾਰ ਕਰੇਗੀ। ਇੱਕ ਸਾਲ ਪਹਿਲਾਂ ਜਾਰੀ ਕੀਤੀ ਪਿਛਲੀ ਇਮੀਗ੍ਰੇਸ਼ਨ ਯੋਜਨਾ ਦੇ ਤਹਿਤ ਕੈਨੇਡਾ ਨੇ 2025 ਅਤੇ 26 ਦੋਵਾਂ ਵਿੱਚ ਲਗਭਗ 500,000 ਪਰਮਾਨੈਂਟ ਰੈਜ਼ੀਡੈਂਟ ਸਵੀਕਾਰ ਕਰਨੇ ਸਨ। ਜਦੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅਕਤੂਬਰ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ ਤਾਂ ਉਹਨਾਂ ਦੇ ਦਫ਼ਤਰ ਨੇ ਕਿਹਾ ਸੀ ਕਿ ਇਹ ਕਟੌਤੀ ਅਗਲੇ 2 ਸਾਲਾਂ ਵਿੱਚ ਆਬਾਦੀ ਵਿੱਚ 0.2% ਦੀ ਕਮੀ ਪੈਦਾ ਕਰੇਗੀ ਅਤੇ ਅਗਲੇ ਕੁਝ ਸਾਲਾਂ ਵਿੱਚ ਲਗਭਗ 670,000 ਯੂਨਿਟਾਂ ਤੱਕ ਰਿਹਾਇਸ਼ੀ ਸਪਲਾਈ ਦੇ ਪਾੜੇ ਨੂੰ ਘਟਾ ਦੇਵੇਗੀ। PBO ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਫੈਡਰਲ ਸਰਕਾਰ ਦੇ ਇਮੀਗ੍ਰੇਸ਼ਨ ਅਨੁਮਾਨਾਂ ਨੂੰ ਮਹੱਤਵਪੂਰਨ ਜੋਖਮ ਹੈ ਜਿਸ ਵਿੱਚ ਅਨੁਮਾਨਿਤ ਗੈਰ ਸਥਾਈ ਨਿਵਾਸੀਆਂ ਦਾ ਵਹਾਅ ਸ਼ਾਮਲ ਹੈ। ਰਿਪੋਰਟ ਕਹਿੰਦੀ ਹੈ ਕਿ ਲਿਬਰਲ ਸਰਕਾਰ ਦੇ ਇਮੀਗ੍ਰੇਸ਼ਨ ਅਨੁਮਾਨਾਂ ਨਾਲ ਜੁੜੀ ਅਨਿਸ਼ਚਿਤਤਾ ਦਾ ਅਰਥ ਹੈ ਕਿ ਰਿਹਾਇਸ਼ੀ ਪਾੜੇ ਵਿੱਚ 45% ਦੀ ਕਮੀ ਦੀ ਭਵਿੱਖਬਾਣੀ ਉੱਪਰ ਸੀਮਾ ਅਨੁਮਾਨਾਂ ਨੂੰ ਦਰਸਾਉਂਦੀ ਹੈ। 2030 ਤੱਕ 658,000 ਯੂਨਿਟਾਂ ਦੇ ਹਾਊਸਿੰਗ ਪਾੜੇ 'ਤੇ ਹੀ ਬਰਕਰਾਰ ਰਹਿਣ ਲਈ ਕੈਨੇਡਾ ਨੂੰ ਉਦੋਂ ਤੱਕ ਲਗਭਗ 2.3 ਮਿਲੀਅਨ ਘਰ ਬਣਾਉਣ ਦੀ ਲੋੜ ਹੋਵੇਗੀ, ਯਾਨੀ 2025 ਅਤੇ 30 ਦੇ ਵਿਚਕਾਰ ਪ੍ਰਤੀ ਸਾਲ ਔਸਤਨ 390,000 ਯੂਨਿਟ। 1 ਜਨਵਰੀ 2023 ਅਤੇ 1 ਜਨਵਰੀ 2024 ਦੇ ਵਿਚਕਾਰ ਰਾਸ਼ਟਰੀ ਆਬਾਦੀ ਵਿੱਚ ਲਗਭਗ 1.3 ਮਿਲੀਅਨ ਦਾ ਵਾਧਾ ਹੋਇਆ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਆਬਾਦੀ ਵਿੱਚ 97.6% ਦਾ ਵਾਧਾ ਇਮੀਗ੍ਰੇਸ਼ਨ ਦਾ ਨਤੀਜਾ ਸੀ। ਮਿਲਰ ਨੇ ਕਿਹਾ ਸੀ ਕਿ ਇਮੀਗ੍ਰੇਸ਼ਨ ਪੱਧਰਾਂ ਵਿੱਚ ਕਟੌਤੀ ਹਾਊਸਿੰਗ ਬੁਨਿਆਦੀ ਢਾਂਚੇ ਅਤੇ ਸਮਾਜਿਕ ਸੇਵਾਵਾਂ 'ਤੇ ਦਬਾਅ ਨੂੰ ਘੱਟ ਕਰੇਗੀ। ਅਕਤੂਬਰ ਵਿੱਚ ਮਿਲਰ ਨੇ ਕਿਹਾ ਸੀ ਕਿ ਇਹ ਤਬਦੀਲੀਆਂ ਸਾਡੇ ਦੇਸ਼ ਲਈ ਇਮੀਗ੍ਰੇਸ਼ਨ ਨੂੰ ਕਾਰਗਰ ਬਣਾਉਣਗੀਆਂ ਤਾਂ ਜੋ ਹਰ ਕਿਸੇ ਕੋਲ ਵਧੀਆ ਨੌਕਰੀਆਂ, ਘਰਾਂ ਅਤੇ ਸਹਾਇਤਾ ਤੱਕ ਪਹੁੰਚ ਹੋਵੇ ਅਤੇ ਉਹਨਾਂ ਨੂੰ ਵਧਣ ਫੁੱਲਣ ਲਈ ਲੋੜੀਂਦੀ ਹੈ। ਕੰਜ਼ਰਵੇਟਿਵ ਲੀਡਰ ਪੀਰੇ ਪੋਲੀਐਵ ਨੇ ਜਨਵਰੀ ਵਿੱਚ ਕਿਹਾ ਸੀ ਕਿ ਇੱਕ ਕੰਜ਼ਰਵੇਟਿਵ ਸਰਕਾਰ ਦੇ ਨੰਬਰਾਂ ਨੂੰ ਬਣਾਏ ਗਏ ਘਰਾਂ ਦੀ ਸੰਖਿਆ ਦਾ ਮੇਚ ਦਾ ਕਰ ਦੇਵੇਗੀ। ਪੋਲੀਐਵ ਨੇ ਕਿਹਾ ਸੀ ਕਿ ਇਹ ਸਧਾਰਨ ਗਣਿਤ ਹੈ, ਜੇ ਤੁਹਾਡੇ ਕੋਲ ਆਉਣ ਵਾਲੇ ਪਰਿਵਾਰ ਵੱਧ ਨੇ ਅਤੇ ਘਰ ਘੱਟ ਨੇ ਤਾਂ ਇਸ ਨਾਲ ਘਰਾਂ ਦੀਆਂ ਕੀਮਤਾਂ ਵਧਣਗੀਆਂ। ਪੋਲੀਐਵ ਨੇ ਪੂਰੀ ਤਰ੍ਹਾਂ ਇਹ ਨਹੀਂ ਦੱਸਿਆ ਕਿ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਇਮੀਗ੍ਰੇਸ਼ਨ ਨੂੰ ਕਿਵੇਂ ਸੰਭਾਲੇਗੀ। ਉਹਨਾਂ ਨੇ ਕਿਹਾ ਸੀ ਕਿ ਇਹ ਇਮੀਗ੍ਰੇਸ਼ਨ ਪੱਧਰ ਨਿਰਧਾਰਤ ਕਰਨ ਵੇਲੇ ਉਪਲਬਧ ਨੌਕਰੀਆਂ ਅਤੇ ਡਾਕਟਰਾਂ ਦੀ ਗਿਣਤੀ 'ਤੇ ਵੀ ਵਿਚਾਰ ਕਰੇਗੀ। ਰੁਜ਼ਗਾਰ ਮੰਤਰੀ ਰੈਂਡੀ ਬੋਇਸ ਨੋਲਟ ਨੇ ਆਪਣੇ ਮੂਲ ਨਿਵਾਸੀ ਪਿਛੋਕੜ ਨਾਲ ਸੰਬੰਧਾਂ ਬਾਰੇ ਅਸਪਸ਼ਟ ਬਿਆਨਾਂ ਨੂੰ ਲੈ ਕੇ ਮੁਆਫ਼ੀ ਮੰਗੀ ਹੈ। ਮੁਆਫ਼ੀ ਮੰਗਦੇ ਰੈਂਡੀ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰਕ ਇਤਿਹਾਸ ਬਾਰੇ ਵਧੇਰੇ ਸਪਸ਼ਟ ਹੋ ਸਕਦੇ ਸੀ। ਉਹਨਾਂ ਨੇ ਲਿਬਰਲ ਪਾਰਟੀ ਨੂੰ ਵੀ ਆਪਣੇ ਰਿਕਾਰਡ ਦਰੁਸਤ ਕਰਨ ਦੀ ਮੰਗ ਕੀਤੀ ਹੈ ਜਿਸ ਵਿੱਚ ਉਹਨਾਂ ਨੂੰ ਮੂਲ ਨਿਵਾਸੀ ਦੱਸਿਆ ਗਿਆ। ਬੋਇਸ ਨੋਲਟ ਨੇ ਕਦੇ ਇਹ ਨਹੀਂ ਕਿਹਾ ਕਿ ਉਹ ਮੂਲ ਨਿਵਾਸੀ ਨੇ, ਪਰ ਉਹਨਾਂ ਨੇ ਜਨਤਕ ਬਿਆਨਾਂ ਵਿੱਚ ਅਕਸਰ ਇਹ ਜ਼ਿਕਰ ਕੀਤਾ ਕਿ ਉਹਨਾਂ ਦੀ ਪੜਦਾਦੀ ਇੱਕ ਮੂਲ ਨਿਵਾਸੀ ਔਰਤ ਸੀ। 2021 ਵਿੱਚ ਬੋਇਸ ਨੋਲਟ ਨੂੰ ਇੱਕ ਕੁਰੀ ਨਾਮ ਦਿੱਤਾ ਗਿਆ। ਉਹ ਜ਼ਿਕਰ ਕਰ ਚੁੱਕੇ ਨੇ ਕਿ ਉਹਨਾਂ ਨੇ ਪਾਰਲੀਮੈਂਟ ਦੀਆਂ ਕਾਰਵਾਈਆਂ ਦੌਰਾਨ 2 ਵਾਰੀ ਕ੍ਰੀ ਭਾਸ਼ਾ ਬੋਲੀ ਹੈ ਅਤੇ ਉਹ ਖੁਦ ਨੂੰ ਬਗੈਰ ਦਰਜੇ ਵਾਲਾ ਗੋਦ ਲਿੱਤਾ ਕ੍ਰੀ ਆਖ ਚੁੱਕੇ ਨੇ। ਬੋਇਸ ਨੋਲਟ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਨੇ ਇੱਕ ਮੂਲ ਨਿਵਾਸੀ ਖੋਜਾਰਥੀ ਨਾਲ ਗੱਲਬਾਤ ਹੋਣ ਤੋਂ ਬਾਅਦ ਖੁਦ ਨੂੰ ਬਗੈਰ ਦਰਜੇ ਵਾਲਾ ਕ੍ਰੀ ਕਹਿਣਾ ਸ਼ੁਰੂ ਕੀਤਾ ਸੀ, ਪਰ ਸ਼ੁੱਕਰਵਾਰ ਨੂੰ ਮੂਲ ਨਿਵਾਸੀ ਖੋਜਾਰਥੀ ਨੇ ਕਿਹਾ ਕਿ ਉਸਨੇ ਕਦੇ ਵੀ ਮਿਨਿਸਟਰ ਨੂੰ ਉਹਨਾਂ ਸ਼ਬਦਾਂ ਦੀ ਵਰਤੋਂ ਕਰਨ ਦਾ ਸੁਝਾਅ ਨਹੀਂ ਦਿੱਤਾ ਸੀ।
ਬੌਸ ਨੋਲਟ ਨੇ ਕਿਹਾ ਕਿ ਮੈਂ ਮੁਆਫ਼ੀ ਚਾਹੁੰਦਾ ਕਿ ਆਪਣੇ ਆਪ ਨੂੰ ਉਹ ਹਵਾਲਾ ਦੇਣਾ ਗਲਤ ਸੀ। ਲਿਬਰਲ ਪਾਰਟੀ ਨੇ ਕਈ ਸਾਲਾਂ ਪਹਿਲਾਂ ਬੁਆਇਸ ਨੋਲਟ ਨੂੰ ਆਪਣੇ ਮੂਲ ਨਿਵਾਸੀ ਪਿਛੋਕੜ ਵਾਲੇ ਚੁਣੇ ਗਏ MPs ਵਿੱਚੋਂ ਇੱਕ ਦੱਸਿਆ ਸੀ, ਪਰ ਬੁਆਇਸ ਨੋਲਟ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਪਾਰਟੀ ਨੂੰ ਅਜਿਹਾ ਨਹੀਂ ਕਿਹਾ ਸੀ ਅਤੇ ਕਿਸੇ ਫਾਰਮ ਵਿੱਚ ਵੀ ਅਜਿਹਾ ਕੋਈ ਖਾਨਾ ਟਿਕ ਨਹੀਂ ਕੀਤਾ ਸੀ। ਕੈਨੇਡੀਅਨ ਰੀਅਲ ਐਸਟੇਟ ਦਾ ਕਹਿਣਾ ਹੈ ਕਿ ਅਕਤੂਬਰ ਵਿੱਚ ਵੇਚੇ ਗਏ ਘਰਾਂ ਦੀ ਗਿਣਤੀ 1 ਸਾਲ ਪਹਿਲਾਂ ਦੇ ਮੁਕਾਬਲੇ 30% ਵੱਧ ਦਰਜ ਕੀਤੀ ਗਈ ਹੈ। ਇਹ ਰੁਝਾਨ ਐਸੋਸੀਏਸ਼ਨ ਦੁਆਰਾ ਪਹਿਲਾਂ ਦੱਸੇ ਗਏ ਮਾਰਕੀਟ ਵਿੱਚ ਖੜੋਤ ਦੇ ਰੁਝਾਨ ਵਿੱਚ ਤਬਦੀਲੀ ਨੂੰ ਦਰਸਾਉਂਦਾ ਹੈ। ਮਹੀਨਾ ਦਰ ਮਹੀਨਾ ਤਬਦੀਲੀ ਦੇ ਆਧਾਰ 'ਤੇ ਰਾਸ਼ਟਰੀ ਪੱਧਰ 'ਤੇ ਘਰਾਂ ਦੀ ਵਿਕਰੀ ਵਿੱਚ ਸਤੰਬਰ ਤੋਂ 7.7% ਦਾ ਵਾਧਾ ਦਰਜ ਹੋਇਆ। ਐਸੋਸੀਏਸ਼ਨ ਦੇ ਅਨੁਸਾਰ ਗ੍ਰੇਟਰ ਟੋਰਾਂਟੋ ਏਰੀਆ ਅਤੇ BC ਦੇ ਲੋਅਰ ਮੈਨਲੈਂਡ ਵਿੱਚੋਂ ਘਰਾਂ ਦੀ ਵਿਕਰੀ ਵਿੱਚ ਡਬਲ ਡਿਜਿਟ ਦਾ ਵਾਧਾ ਦਰਜ ਕੀਤਾ ਗਿਆ। CREA ਦੇ ਸੀਨੀਅਰ ਅਰਥ ਸ਼ਾਸਤਰੀ ਸ਼ੌਨ ਕੈਥਕਾਟ ਨੇ ਕਿਹਾ ਕਿ ਬਾਵਜੂਦ ਇਸ ਦੇ ਕਿ ਬੈਂਕ ਆਫ ਕੈਨੇਡਾ ਵਿਆਜ ਦਰਾਂ ਵਿੱਚ ਕਟੌਤੀ ਕਰ ਰਿਹਾ ਹੈ, ਵਿਕਰੀ ਵਿੱਚ ਇੰਨੀ ਵੱਡੀ ਛਾਲ ਹੈਰਾਨੀਜਨਕ ਹੈ। ਉਹਨਾਂ ਨੇ ਕਿਹਾ ਕਿ ਵਿਕਰੀ ਵਿੱਚ ਵੱਡੀ ਛਾਲ ਸਤੰਬਰ ਵਿੱਚ ਵਿਕਣ ਲੱਗੇ ਘਰਾਂ ਦੀਆਂ ਵਧੀਆ ਲਿਸਟਿੰਗਾਂ ਕਰਕੇ ਵੀ ਹੋ ਸਕਦੀ ਹੈ। ਅਕਤੂਬਰ ਦੌਰਾਨ ਇੱਕ ਘਰ ਦੀ ਔਸਤ ਕੀਮਤ $6,96,166 ਦਰਜ ਕੀਤੀ ਗਈ, ਜੋ 1 ਸਾਲ ਪਹਿਲਾਂ ਦੇ ਮੁਕਾਬਲੇ 6% ਵੱਧ ਹੈ। ਮਹੀਨਾ ਦਰ ਮਹੀਨਾ ਆਧਾਰ 'ਤੇ ਨਵੀਂ ਲਿਸਟ ਹੋਣ ਵਾਲੀਆਂ ਪ੍ਰਾਪਰਟੀਆਂ ਦੀ ਗਿਣਤੀ ਵਿੱਚ 3.5% ਦੀ ਗਿਰਾਵਟ ਆਈ ਹੈ। ਕੈਨੇਡਾ ਦੇ ਟੋਰਾਂਟੋ ਏਰੀਆ 'ਚ ਮਿਊਜ਼ਿਕ ਰਿਕਾਰਡਿੰਗ ਸਟੂਡੀਓ ਦੇ ਬਾਹਰ ਘੱਟੋ ਘੱਟ 100 ਰਾਊਂਡ ਫਾਇਰਿੰਗ ਕੀਤੀ ਗਈ। ਗੋਲੀਬਾਰੀ ਦੇ ਮਾਮਲੇ 'ਚ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 2 ਅਸਾਲਟ-ਸਟਾਈਲ ਰਾਈਫਲਾਂ ਸਮੇਤ 16 ਹਥਿਆਰ ਜ਼ਬਤ ਕੀਤੇ ਗਏ। ਜਿਸ ਇਲਾਕੇ ਵਿੱਚ ਗੋਲੀਬਾਰੀ ਹੋਈ ਉੱਥੇ ਸ਼ਹਿਰ ਦੇ ਪੰਜਾਬੀ ਸੰਗੀਤਕਾਰਾਂ ਦੇ ਸਟੂਡੀਓ ਨੇ। ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਤੱਕ ਇੱਕ ਚੋਰੀ ਦੀ ਕਾਰ ਰਿਕਾਰਡਿੰਗ ਸਟੂਡੀਓ ਦੇ ਕੋਲ ਜਾ ਕੇ ਰੁਕੀ, ਜਿਸ 'ਚੋਂ 3 ਵਿਅਕਤੀ ਬਾਹਰ ਨਿਕਲੇ ਅਤੇ ਸਟੂਡੀਓ ਦੇ ਆਸ ਪਾਸ ਲੋਕਾਂ 'ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੀ ਘਟਨਾ ਪਿੱਛੇ ਕਿਸਦਾ ਹੱਥ ਹੈ, ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸ਼ਰਨ ਦਾ ਦਾਅਵਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਮਿਲਰ ਨੇ ਇਸ ਸੰਬੰਧੀ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੌਨ ਮੂਰੇ ਨੂੰ ਪੱਤਰ ਲਿਖਿਆ। CICC ਰੈਗੂਲੇਟਡ ਕੈਨੇਡਾ ਇਮੀਗ੍ਰੇਸ਼ਨ ਕੰਸਲਟੈਂਟ ਅਤੇ ਰੈਗੂਲੇਟਡ ਇੰਟਰਨੈਸ਼ਨਲ ਸਟੂਡੈਂਟ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਲਾਇਸੈਂਸ ਪ੍ਰਦਾਨ ਕਰਦਾ ਹੈ ਅਤੇ ਨਿਯੰਤਰਿਤ ਕਰਦਾ ਹੈ। ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜੇ ਅਨੁਸਾਰ ਕੈਨੇਡੀਅਨ ਨਿਊਜ਼ ਆਊਟਲੈਟ ਦਾ ਗਲੋਬ ਐਂਡ ਮੇਲ ਨੇ ਰਿਪੋਰਟ ਦਿੱਤੀ ਕਿ ਲਗਭਗ 13,660 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 2024 ਦੇ ਪਹਿਲੇ 9 ਮਹੀਨਿਆਂ ਵਿੱਚ ਪਨਾਹ ਮੰਗੀ ਹੈ, ਜੋ 1 ਰਿਕਾਰਡ ਹੈ। ਪਿਛਲੇ ਸਾਲ ਇਹ ਅੰਕੜਾ ਲਗਭਗ 12,000 ਸੀ। 2018 ਵਿੱਚ ਇਹ ਸਿਰਫ 1,810 ਸੀ। ਅਜੇ 3 ਮਹੀਨਿਆਂ ਦੇ ਅੰਕੜੇ ਦੀ ਗਿਣਤੀ ਹੋਣੀ ਬਾਕੀ ਹੈ, ਜਿਸ ਨਾਲ ਸੰਖਿਆ ਵਧਣ ਦੀ ਉਮੀਦ ਹੈ। ਕੈਨੇਡਾ ਵਿੱਚ ਭਾਰਤੀਆਂ ਵੱਲੋਂ ਪਨਾਹ ਦੇ ਦਾਅਵਿਆਂ ਵਿੱਚ ਵੀ ਵਾਧਾ ਹੋਇਆ ਹੈ। ਮਿਲਰ ਨੇ ਪੱਤਰ ਵਿੱਚ ਲਿਖਿਆ ਕਿ ਕੈਨੇਡਾ ਸੁਰੱਖਿਆ ਦੀ ਲੋੜ ਵਾਲੇ ਵਿਅਕਤੀਆਂ ਦੀ ਮਦਦ ਕਰਨ ਲਈ ਸਮਰਪਿਤ ਹੈ, ਹਾਲਾਂਕਿ ਖੁਦ ਸ਼ਰਨਾਰਥੀਆਂ ਨੂੰ ਕੈਨੇਡਾ ਵਿੱਚ ਰਹਿਣ ਜਾਂ ਸਥਾਈ ਨਿਵਾਸ ਲਈ ਖੁਦ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਲਈ ਸਲਾਹ ਦੇਣਾ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਜਾਂ ਉਦੇਸ਼ਾਂ ਦੇ ਉਲਟ ਹੋਵੇਗਾ। ਮਿਲਰ ਨੇ CICC ਨੂੰ ਲਾਇਸੈਂਸ ਸ਼ੁਦਾ ਸਲਾਹਕਾਰਾਂ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ, ਜੋ ਸ਼ਾਇਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਨਾਹ ਦਾਅਵਿਆਂ ਨੂੰ ਅੱਗੇ ਵਧਾਉਣ ਲਈ ਗਲਤ ਢੰਗ ਨਾਲ ਸਲਾਹ ਦੇ ਰਹੇ ਨੇ। ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਨੇ ਹੁਣ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਖਾਲਿਸਤਾਨੀ ਹੁਣ ਉਸ ਦੇਸ਼ ਦੇ ਨਾਗਰਿਕਾਂ ਨੂੰ ਧਮਕੀ ਦੇ ਰਹੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਸੀ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਖਾਲਿਸਤਾਨ ਸਮਰਥਕ ਕਹਿ ਰਿਹਾ ਕਿ ਕੈਨੇਡਾ ਉਹਨਾਂ ਦਾ ਏ, ਗੋਰੀਆਂ ਨੂੰ ਇੰਗਲੈਂਡ ਜਾਂ ਯੂਰਪ ਜਾਣਾ ਚਾਹੀਦਾ। ਵੀਡੀਓ 'ਚ ਦੇਖਿਆ ਜਾ ਸਕਦਾ ਕਿ ਖਾਲਿਸਤਾਨ ਪੱਖੀ ਲੋਕਾਂ ਨੇ ਨਗਰ ਕੀਰਤਨ ਕੱਢਿਆ। ਕੈਮਰੇ ਦੇ ਪਿੱਛੋਂ ਇੱਕ ਵਿਅਕਤੀ ਲਗਾਤਾਰ ਕਹਿ ਰਿਹਾ ਕਿ ਕੈਨੇਡਾ ਸਾਡਾ ਦੇਸ਼ ਹੈ। 2 ਮਿੰਟ ਦੀ ਵਾਇਰਲ ਵੀਡੀਓ ਵਿੱਚ ਖਾਲਿਸਤਾਨ ਸਮਰਥਕਾਂ ਨੇ ਕੈਨੇਡੀਅਨ ਨੂੰ ਘੁਸਪੈਠ ਕਰਨ ਵਾਲੇ ਕਿਹਾ। ਇੱਕ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਪੋਸਟ ਕਰਦਿਆਂ ਲਿਖਿਆ ਕਿ ਸਰੀ BC ਵਿੱਚ ਖਾਲਿਸਤਾਨੀ ਮਾਰਚ ਕਰ ਰਹੇ ਨੇ ਅਤੇ ਉਹ ਲੋਕ ਦਾਅਵਾ ਕਰ ਰਹੇ ਨੇ ਕਿ ਉਹ ਕੈਨੇਡਾ ਦੇ ਮਾਲਕ ਨੇ।
ਅਤੇ ਗੋਰਿਆਂ ਨੂੰ ਯੂਰਪ ਅਤੇ ਇੰਗਲੈਂਡ ਵਿੱਚ ਵਾਪਸ ਚਲੇ ਜਾਣਾ ਚਾਹੀਦਾ ਹੈ। ਇਸ ਘਟਨਾ ਨੇ ਖਾਲਿਸਤਾਨ ਸਮਰਥਕਾਂ ਦੀ ਹਮਾਇਤ ਕਰ ਰਹੀ ਟਰੂਡੋ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ ਪੀਐਮ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਕੈਨੇਡੀਅਨ ਸਰਕਾਰ ਨੇ ਖਾਲਿਸਤਾਨ ਸਮਰਥਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਹੁਣ ਜਿਹੜੇ ਲੋਕ ਕੈਨੇਡਾ ਵਿੱਚ ਵੱਸ ਗਏ ਨੇ ਅਤੇ ਆਪਣੇ ਆਪ ਨੂੰ ਖਾਲਿਸਤਾਨ ਦੇ ਸਮਰਥਕ ਦੱਸ ਰਹੇ ਨੇ, ਉਹਨਾਂ ਨੇ ਕੈਨੇਡਾ ਸਰਕਾਰ ਦੀ ਚਿੰਤਾ ਵਧਾਈ ਹੈ। ਜਦੋਂ ਵੀ ਭਾਰਤ ਨੇ ਕੈਨੇਡਾ ਤੋਂ ਖਾਲਿਸਤਾਨ ਸਮਰਥਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਉੱਥੋਂ ਦੀ ਸਰਕਾਰ ਭਾਰਤ ਦੀ ਬੇਨਤੀ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਹੈ। ਇਸ ਦੇ ਨਾਲ ਹੀ ਕੈਨੇਡਾ ਦੀ ਸਰਕਾਰ ਇਸ ਦੇ ਉਲਟ ਭਾਰਤ ਦੇ ਖਾਲਿਸਤਾਨ ਸਮਰਥਕਾਂ ਨੂੰ ਮਾਰਨ ਦਾ ਝੂਠਾ ਦੋਸ਼ ਲਾਉਂਦੀ ਹੈ। ਪਿਛਲੇ ਸਾਲ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਜਰ ਦੇ ਕਤਲ ਕਾਰਨ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿਗੜ ਗਏ। ਕੈਨੇਡਾ ਉਸ ਕਤਲ ਦੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਿਹਾ। ਇਸ ਦੇ ਨਾਲ ਹੀ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।